ਸ਼ਾਇਦ ਹੀ ਕੋਈ ਔਰਤ ਹੈ ਜਿਹਹੀ ਹੋਵੇ ਜੋ ਰੋਟੀ ਖਾਂਦੀ ਹੋਵੇ ਔਰ ਰੋਟੀ ਖਾਣ ਤੋਂ ਬਾਅਦ ਉਹਦਾ ਜਿਹੜਾ ਪੇਟ ਹੈਗਾ ਉਹਦਾ ਢਿੱਡ ਹੈਗਾ ਜਿਹੜਾ ਉਹ ਉਹਦੇ ਵਿੱਚ ਭਾਰੀਪਣ ਨਾ ਆਉਂਦਾ ਹੋਵੇ ਇਹ ਨਿਊਡਲ ਨਾ ਸਮਝੋ ਇਹ ਪਲਾਸਟਿਕ ਆ ਇਹ ਦੱਸੋ ਵੀ ਇਹ ਆਪਣਾ ਲੀਵਰ ਕਿੱਦਾਂ ਇਹਨੂੰ ਐਡਜਸਟ ਕਰੂਗਾ ਕਿੱਦਾਂ ਇਹਦੇ ਇਹਦੇ ਵਿੱਚੋਂ ਕੋਈ ਰਾਸ ਨਿਕਲਣਾ ਵੀ ਤੋ 25 ਦਿਨ ਇਹਨੂੰ ਤਿਆਰ ਉਸ ਧੁੱਪ ਚ ਸਿਗਾ ਕੇ ਤੇ ਤਿਆਰ ਕਰਨ ਲੱਗਦੇ ਆ ਫਿਰ ਅਸੀਂ 1 ਤੋਂ 2 ਗ੍ਰਾਮ ਜਿਹੜਾ ਨਾਲ ਰੋਜ਼ ਦਾ ਮੈਡੀਸਨ ਦੇ ਨਾਲ ਇਹ ਯੂਜ਼ ਕਰਨ ਨੂੰ ਦੇ ਦਿੰਨੇ ਕੋਈ ਅਨਾਜ ਹੋਵੇ ਆਪਣੇ ਕੋਲ ਜਿਹੜੇ ਆਪਾਂ ਖਾਣੇ ਆ ਛੋਲੇ ਲਾ ਲਓ ਜਾਂ ਹੋਰ ਚੀਜ਼ਾਂ ਲਾ ਲਓ ਕਿਸੇ ਇੱਕ ਪਾਸੇ ਤੁਸੀਂ ਅਨਾਜ ਦੱਬ ਕੇ ਦੇਖ ਲਿਓ ਤੁਹਾਨੂੰ 2-4 ਦਿਨ ਬਾਅਦ ਉੱਥੋਂ ਕੁਝ ਨਹੀਂ ਲੱਭਣਾ ਸਿਰਫ ਮਿੱਟੀ ਮਿਲੂਗੀ ਨਾਲ ਹੀ ਇਹਨੂੰ ਦੱਬ ਲਿਓ ਇਹ ਇਦਾਂ ਤੇ ਇਦਾਂ ਹੀ ਨਿਕਲੋ ਜਦੋਂ ਅਸੀਂ ਲਗਾਤਾਰ ਫਾਸਟ ਫੂਡ ਖਾਂਦੇ ਆਂ ਤੇ ਫਿਰ ਜਦੋਂ ਅਸੀਂ ਆਮ ਭੋਜਨ ਖਾਂਦੇ ਆਂ ਤਾਂ ਜਿਹੜਾ ਪੇਟ ਹੈਗਾ ਇਹ ਇੱਕਦਮ ਭਾਰਾ ਹੋਣ ਦਾ ਕੀ ਕਾਰਨ ਹੈ ਤੁਹਾਡੇ ਮੁਤਾਬਕ ਹਾਂਜੀ ਨਾਮਾ ਟੋਪਾ ਕਹਿ ਲਈਏ ਉਹ ਸਾਰੀਆਂ ਕੰਟਰੀਆਂ ਦੇ ਵਿੱਚ ਬੈਨ ਆ ਪਰ ਇੰਡੀਆ 'ਚ ਹਜੇ ਵੀ ਲੋਕਾਂ ਨੂੰ ਜਾਗਰੂਕਤਾ ਨਹੀਂ ਹੈਗੀ ਨਾ ਸਰਕਾਰ ਨੇ ਬੈਨ ਕੀਤਾ ਦੇਖੋ ਇਹਨੂੰ ਖਿੱਚਾਂਗੇ ਤਾਂ ਦੇਖੋ ਇਦਾਂ ਤਾਰ ਬੰਨਦੀ ਜਿੱਦਾਂ ਇਹ ਦੇਖੋ ਕੀ ਬੰਨਦਾ ਇਹ ਤੇ ਅੰਦਰ ਜਾ ਕੇ ਹজম ਕਿੱਦਾਂ ਹੋਊਗਾ ਦੱਸੋ ਇਹ ਦਾ ਅੰਦਰ ਜਾ ਕੇ ਚਿਪਕ ਜਾਂਦਾ ਹੈ ਜਦੋਂ ਆਪਾਂ ਕਹਿੰਦੇ ਲੀਵਰ ਦਾ ਸਾਈਜ਼ ਵੱਧ ਗਿਆ ਜੀ ਲੀਵਰ ਫੈਟੀ ਹੋ ਗਿਆ ਗੈਸ ਭਰ ਰਹੀ ਆ ਤੇਜਾਬ ਬਣ ਰਿਹਾ ਕਿਸੇ ਦਾ ਬੀਪੀ ਵਧਦਾ ਆ ਆਪਾਂ ਪਹਿਲੋ ਸਭ ਤੋਂ ਆਪਣਾ ਸ਼ੱਕ ਇਸ ਚੀਜ਼ ਤੇ ਜਾਂਦਾ ਵੀ ਇਹਦਾ ਖੂਨ ਚੱਕਣਾ ਹੋਊਗਾ ਉਹਦਾ ਲਿਪਿਡ ਪ੍ਰੋਫਾਈਲ ਟੈਸਟ ਕਰਾਉਨੇ ਆਪਾਂ ਤੇ ਟੀਜੀ ਟ੍ਰਾਈਗਲਾਈਸਰਾਈਡ ਉਹ ਹਾਈ ਹੁੰਦਾ ਟ੍ਰਾਈਗਲਾਈਸਰਾਈਡ ਹਾਈ ਵੀ ਉਸੇ ਤੇ ਹੋਗਾ ਜਿੱਦਾਂ ਲੀਵਰ ਫੈਟੀ ਹੋਊਗਾ ਆਪਣੇ ਨੌਜਵਾਨ ਕਾਇਦਾ ਰਹੀ ਸੀ ਬਾਹਰ ਜਾ ਰਹੇ ਕੈਨੇਡਾ ਅਮਰੀਕਾ ਪਰ ਉਹਨਾਂ ਕੋਲੇ ਵੀ ਆਪਣੇ ਜਿੰਨੇ ਹੈਲਦੀ ਫੂਡ ਨਹੀਂ ਹੈਗੇ ਆ ਆਪਣੇ ਇੰਡੀਆ ਤੋਂ ਤੁਹਾਨੂੰ ਜਾਣਕਾਰੀ ਲਈ ਦੇ ਦਈਏ ਸਾਰਾ ਹੈਲਦੀ ਫੂਡ ਬਾਹਰ ਸਪੋਰਟ ਹੁੰਦਾ ਮੈਨੂੰ ਲੱਗਦਾ ਜੀ ਬਹੁਤ ਸਾਰੇ ਨੇ ਤਾਂ ਇੰਟਰਵਿਊ ਦੇਖਦੇ ਦੇਖਦੇ ਵਿੱਚ ਹੀ ਛੱਡ ਦੇਣਾ ਵੀ ਇਹਨਾਂ ਦੇ ਪੀਜ਼ੇ 버ਗਰ ਸਾਡਾ ਫੇਵਰੇਟ ਨੇ ਤੇ ਤੁਸੀਂ ਇਹ ਬੰਦ ਕਰਵਾਏ ਜਿਹਨੂੰ ਕਹਿੰਦੇ ਸੀ ਡਾਕਟਰ ਹੀ ਬਦਲ ਦਾਂਗੇ ਸਿੰਘ ਜੰਗ ਲੜਦੇ ਰੇ ਛੋਲੇ ਖਾ ਕੇ ਪੱਤੇ ਖਾ ਕੇ ਗੁਜ਼ਾਰਾ ਕਰਦੇ ਰਹੇ ਇਹਨਾਂ ਨੂੰ ਬਾਦਾਮ ਆਉਂਦੇ ਹੁੰਦੇ ਸੀ ਬਾਦਾਮ ਛੋਲਿਆਂ ਨੂੰ ਬਾਦਾਮ ਖਾ ਕੇ ਉਹਨਾਂ ਨੇ ਜੰਗ ਲੜ ਲਈ ਆ ਖਾਣਾ ਹੈ ਉਹ ਖਾਣਾ ਆ ਖਾਣਾ ਕਿ ਆ ਖਾਣਾ ਦੱਸੋ ਹੁਣ ਇੱਕ ਪਾਸੇ ਤਾਂ ਦੇਖੋ ਜੀ ਇਹ ਤੁਹਾਡੀ ਸਿਹਤ ਨਹੀਂ ਵੇਖੋ ਇਲੈਕਟ੍ਰੋ ਹੋਮੀਓਪੈਥੀ ਦੇ ਵਿੱਚ ਫੈਟੀ ਲੀਬਰ ਬਾਬਤ ਕੀ ਕਹਿੰਦੇ ਨੇ ਠੀਕ ਹੋ ਸਕਦਾ ਹੈ ਕਿਹੜੇ ਗ੍ਰੇਡ ਤੱਕ ਠੀਕ ਹੋ ਸਕਦਾ ਹੈ ਅਗਰ ਇੱਕ ਵਾਰ ਫੈਟੀ ਲੀਬਰ ਹੋ ਜੇ ਕਹਿੰਦੇ ਜੀ ਉਹ ਤਾਂ ਰਿਵਰਸਲ ਹੁੰਦਾ ਹੀ ਨਹੀਂ ਕਬਜ ਵੀ ਹੋ ਗਈ ਲੀਵਰ ਜਿਆਦਾ ਫੈਟੀ ਹੋ ਤਾਂ ਕਬਜ ਵੀ ਹੋ ਜਾਂਦੀ ਹੈ ਕਬਜ ਵੀ ਜਦ ਸਾਰੇ ਪਾਸੇ ਰਸਤੇ ਬੰਦ ਹੋ ਜਾਂਦੇ ਫਿਰ ਇਹ ਮੈਡੀਸਨ ਕੰਮ ਕਰਦੀ ਹੈ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਇਸ ਵੇਲੇ ਸ਼ਾਇਦ ਹੀ ਕੋਈ ਸ਼ਖਸ ਸ਼ਾਇਦ ਹੀ ਕੋਈ ਔਰਤ ਅਜਿਹੀ ਹੋਵੇ ਜੋ ਰੋਟੀ ਖਾਂਦੀ ਹੋਵੇ ਔਰ ਰੋਟੀ ਖਾਣ ਤੋਂ ਬਾਅਦ ਉਹਦਾ ਜਿਹੜਾ ਪੇਟ ਹੈਗਾ ਉਹਦਾ ਢਿੱਡ ਹੈਗਾ ਜਿਹੜਾ ਉਹ ਉਹਦੇ ਵਿੱਚ ਭਾਰੀਪਣ ਨਾ ਆਉਂਦਾ ਹੋਵੇ ਜਾਂ ਅਫਾਰੇ ਵਾਂਗ ਉਹਨਾਂ ਨੂੰ ਨਾ ਹੁੰਦਾ ਹੋਵੇ ਸ਼ਾਇਦ ਹੀ ਕੋਈ ਕਿਸਮਤ ਅਲਾ ਭਾਗਾਂ ਵਾਲਾ ਅਜਿਹਾ ਘਰ ਹੋਵੇਗਾ ਅਜਿਹੇ ਦੇ ਵਿੱਚ ਕੀ ਕਾਰਨ ਹੈ ਕਿ ਰੋਟੀ ਖਾਣ ਉਪਰੰਤ ਜਿਹੜਾ ਪੇਟ ਹੈਗਾ ਉਹ ਬਿਲਕੁਲ ਯਾ ਅਸੀਂ ਕਹਿ ਲਈ ਕਿ ਇਕਦਮ ਜਿਹੜਾ ਉਹ ਭਾਰੀਪਨ ਉਹਦੇ ਵਿੱਚ ਹੋ ਜਾਂਦਾ ਹੈ ਔਰ ਰੋਟੀ ਕਈ ਕਈ ਘੰਟੇ ਜਿਹੜੀ ਉਹ ਹਜ਼ਮ ਨਹੀਂ ਹੁੰਦੀ 10-10 ਘੰਟੇ ਤੱਕ ਲਗਾਤਾਰ ਹੈਗੇ ਜਿਹੜੇ ਉਹ ਡਕਾਰ ਨੇ ਆਉਂਦੇ ਰਹਿੰਦੇ ਨੇ ਅਜਿਹੇ ਦੇ ਵਿੱਚ ਜਦੋਂ ਅਸੀਂ ਗੱਲਬਾਤ ਕੀਤੀ ਹੈਲਥ케ਅਰ ਇਲੈਕਟਰ ਹੋਮੀਓਪੈਥੀ ਦੇ ਜਿਹੜੇ ਡਾਕਟਰ ਨੇ ਡਾਕਟਰ ਸਿਮਰਨਜੀਤ ਸਿੰਘ ਸਿੱਧੂ ਉੱਤੇ ਡਾਕਟਰ ਜਿਹੜੇ ਸ਼ਰਮਾ ਜੀ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਤਾਂ ਬڑا ਇੱਕ ਅਲੱਗ ਉਹਨਾਂ ਨੇ ਵੇਰਵਾ ਦਿੱਤਾ ਬੜਾ ਹੀ ਅਲੱਗ ਜਾਣਕਾਰੀ ਉਹਨਾਂ ਨੇ ਦਿੱਤੀ ਕੀ ਜਾਣਕਾਰੀ ਹੈ ਕਿਵੇਂ ਹੈ ਤਸਵੀਰਾਂ ਦੇਖੋ ਅੱਜ ਤੁਸੀਂ ਇਹ ਪੀਜ਼ਾ ਡਾਕਟਰ ਸਾਹਿਬ ਨੇ ਰੱਖਿਆ ਹੋਇਆ ਹੈ ਨੂਡਲਸ ਰੱਖੇ ਹੋਏ ਨੇ 버거 ਰੱਖਿਆ ਹੋਇਆ ਨਾਲੋਂ ਨਾਲ ਇਹ ਸੌਫਟ ਡਰਿੰਕ ਵੀ ਹੈ ਜਿਹੜੀ ਉਹ ਰੱਖੀ ਹੋਈ ਹੈ ਕੀ ਕਾਰਨ ਹੈ ਕਿ ਮਕਸਦ ਹੈ ਇੱਥੇ ਰੱਖਣ ਦਾ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਗੱਲਬਾਤ ਕਰ ਲੈਂਦੇ ਹਾਂ ਡਾਕਟਰ ਸ਼ਰਮਾ ਜੀ ਨਾਲ ਸ਼ਰਮਾ ਜੀ ਬਹੁਤ-ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਪਿਛਲੀ ਵੀਡੀਓ ਲੋਕਾਂ ਨੇ ਬੜੀ ਮਕਬੂਲ ਕੀਤੀ ਹੈ ਤੁਹਾਡੀ ਜਿਹੜੀ ਕਮਜ਼ੋਰੀ ਵਾਲੀ ਤੁਸੀਂ ਬਣਾਈ ਸੀ ਬਹੁਤ-ਬਹੁਤ ਧੰਨਵਾਦ ਜੀ ਹਕੀਕਤ ਟੀਵੀ ਦਾ ਤੇ ਸਾਰੇ ਦਰਸ਼ਕਾਂ ਦਾ ਜੀ ਡਾਕਟਰ ਸਾਹਿਬ ਇਹ ਅੱਜ ਰੱਖਿਆ ਹੋਇਆ ਇੱਥੇ ਕੀ ਖਾਣਾ ਹੈ ਮਰੀਜ਼ਾਂ ਨੂੰ ਖਾਣੇ ਤੁਸੀਂ ਪੀਜ਼ਾ 버ਗਰ ਨਿਊਡਲਸ ਤੇ ਇਹ ਜਿਹੜੀ ਸੌਫਟ ਡਰਿੰਕ ਬਿਲਕੁਲ ਜੀ ਤੁਹਾਡੇ ਵੀ ਖਾਣ ਵਾਸਤੇ ਲਿਆਂਦਾ ਸੀ ਸਪੈਸ਼ਲ ਸਮਾਨ ਲੱਭ ਕੇ ਲਿਆਂਦਾ ਜੀ ਫੇਵਰਟ ਆ ਅੱਜ ਕੱਲ ਸਾਰਿਆਂ ਦਾ ਜੀ ਬੱਚੇ ਤੋਂ ਲੈ ਕੇ ਜਿਹੜੇ ਆਪਣੇ ਬਜ਼ੁਰਗ ਤੱਕ ਜੇ ਮਨ ਪਸੰਦ ਖਾਣਾ ਲਿਆਂਦਾ ਜੀ ਇਹ ਆਪਾਂ ਛੋਟੇ ਬੱਚੇ ਵੀ ਜਿਹੜੇ ਜਦੋਂ ਛੁੱਟੀ ਹੁੰਦੀ ਹੈ ਉਹਨਾਂ ਨੂੰ ਵੀ ਹੁੰਦਾ ਵੀ ਚਾਹ ਹੁੰਦੀ ਮਾਂ ਪਿਓ ਨਾਲ ਚੱਲ ਗਏ ਆਪਾਂ ਬਾਜ਼ਾਰ ਜਾਈਏ ਬਾਜ਼ਾਰ ਜਾ ਕੇ ਆਪਾਂ ਇਹ ਚੀਜ਼ਾਂ ਖਵਾ ਕੇ ਲਿਆਉਣੇ ਆ ਤੇ ਬੱਚਿਆਂ ਨੂੰ ਜੀ ਬਿਲਕੁਲ ਖਵਾਉਣੇ ਬੜੇ ਸ਼ੌਂਕ ਨਾਲ ਖਵਾਉਣੇ ਜੀ ਅਸੀਂ ਬਿਲਕੁਲ ਜੀ ਹੁਣ ਦੇਖੋ ਤੁਸੀਂ ਫਰੂਕੀ ਸਾਹਿਬ ਆ ਦੇਖੋ ਜੀ ਇਹ ਪਲਾਸਟਿਕ ਆ ਇਹ ਨਿਊਡਲ ਨਾ ਸਮਝੋ ਇਹ ਪਲਾਸਟਿਕ ਆ ਇਹ ਦੱਸੋ ਵੀ ਇਹ ਆਪਣਾ ਲੀਵਰ ਕਿੱਦਾਂ ਇਹਨੂੰ ਐਡਜਸਟ ਕਰੂਗਾ ਕਿੱਦਾਂ ਇਹਦੇ ਇਹਦੇ ਵਿੱਚੋਂ ਕੋਈ ਰਾਸ ਨਿਕਲਣਾ ਨਹੀਂ ਲੀਵਰ ਦਾ ਕੀ ਕਰਨਾ ਜੀ ਲੀਵਰ ਦੇ ਨਾਲ ਕੀ ਕੰਸਰਨ ਹੈ ਜੀ ਦੇਖੋ ਜੀ ਇਹੋ ਜਿਹੀਆਂ ਚੀਜ਼ਾਂ ਖਾਵਾਂਗੇ ਆਪਾਂ ਨੂੰ ਕਿਵੇਂ ਹজম ਹੋਣਗੀਆਂ ਅੱਛਾ ਇਹ ਕਿਵੇਂ ਆਪਾਂ ਇਹਨਾਂ ਨੂੰ ਪਚਾਵਾਂਗੇ ਆ ਦੇਖੋ ਹੁਣ ਇਹਦੇ ਵਿੱਚ ਪਤਾ ਨਹੀਂ ਉਹਨਾਂ ਇਹ ਕਦੋਂ ਦੀ ਡੱਬ ਰੋਟੀ ਹੋਣੀ ਆ ਕਦੋਂ ਦਾ ਦੇਖੋ ਹੁਣ ਤੁਸੀਂ ਇਹ ਪੀਜ਼ਾ ਦੇਖ ਲਓ ਪੀਜ਼ਾ ਦਾ ਬੇਸ ਨਹੀਂ ਤੁਹਾਨੂੰ ਪਤਾ ਵੀ ਇਹ ਕਦੋਂ ਦਾ ਹੋਣਾ ਕਦੋਂ ਦਾ ਨਹੀਂ ਹੋਣਾ ਹੁਣ ਤੁਸੀਂ ਕੋਈ ਨਾਜ ਹੋਵੇ ਆਪਣੇ ਕੋਲ ਜਿਹੜੇ ਆਪਾਂ ਖਾਣੇ ਆ ਛੋਲੇ ਲਾ ਲਓ ਜਾਂ ਹੋਰ ਚੀਜ਼ਾਂ ਲਾ ਲਓ ਕਿਸੇ ਇੱਕ ਪਾਸੇ ਤੁਸੀਂ ਅਨਾਜ ਦੱਬ ਕੇ ਦੇਖ ਲਿਓ ਤੁਹਾਨੂੰ 2-4 ਦਿਨ ਬਾਅਦ ਉੱਥੋਂ ਕੁਝ ਨਹੀਂ ਲੱਭਣਾ ਸਿਰਫ ਮਿੱਟੀ ਮਿਲੂਗੀ ਨਾਲ ਹੀ ਇਹਨੂੰ ਦੱਬ ਲਿਓ ਇਹ ਇਦਾਂ ਤੇ ਇਦਾਂ ਹੀ ਨਿਕਲੋ ਅੱਛਾ ਮਤਲਬ ਇਹਨੂੰ ਕੀੜੇ ਵੀ ਨਹੀਂ ਖਾਂਦੇ ਇਹਨੂੰ ਕੀੜੇ ਵੀ ਖਾ ਕੇ ਖੁਸ਼ ਨਹੀਂ ਜਿਹੜਾ ਅਸੀਂ ਆਪਦੇ ਛੋਟੇ-ਛੋਟੇ ਬੱਚਿਆਂ ਨੂੰ ਬੜੇ ਸ਼ੌਂਕ ਨਾਲ ਖਵਾ ਕੇ ਲਿਆਉਣੇ ਆ ਵੀ ਚਲੋ ਪੀਜ਼ਾ ਖਵਾ ਕੇ ਲਈਏ ਬੇਟਾ ਚਲੋ ਤੁਹਾਨੂੰ ਅੱਜ ਉਹ ਨਾਂ ਤਾਂ ਨਹੀਂ ਲੈਣਾ ਚਾਹੀਦਾ ਵੀ ਆਪਾਂ ਫਲਾਨੀ ਥਾਂ ਤੇ ਲੈ ਕੇ ਜਾਨੇ ਫਲਾਣਾ ਬਹੁਤ ਫੇਮਸ ਆਪਾਂ ਹੁਣ ਆਪਾਂ ਚਲੋ ਰੋਜ਼ਗਾਰ ਵੀ ਆ ਲੋਕਾਂ ਦਾ ਹੁਣ ਇਹ ਆ ਜ਼ਿਆਦਾਤਰ ਜਿਹੜਾ ਚਾਈਨੀਜ਼ ਨੂੰ ਆਪਾਂ ਕਹਿ ਲੀਏ ਫੂਡ ਨੇ ਇਹ ਚైనా ਵਾਲੇ ਲੋਕ ਹੀ ਪਹਿਲਾਂ ਖਾਂਦੇ ਸੀ ਆਪਾਂ ਤਾਂ ਛੋਲੇ ਖਾਂਦੇ ਸੀ ਬਦਾਮ ਖਾਂਦੇ ਸੀ ਮੱਕੀ ਭੁੰਨ ਕੇ ਖਾਂਦੇ ਸੀ ਪਿੰਡਾਂ ਦੇ ਵਿੱਚ ਅੱਗੇ ਹੁੰਦੀਆਂ ਸੀ ਮੱਕੀ ਭੁੰਨਣ ਵਾਲੀਆਂ ਬੀਬੀਆਂ ਹੁੰਦੀਆਂ ਸੀ ਉਹਨਾਂ ਤੋਂ ਬਾਅਦ ਮੱਕੀ ਪਨਾ ਕੇ ਬੜੇ ਚਾਹ ਨਾਲ ਖਾਂਦੇ ਸੀ ਹੁਣ ਦੇਖੋ ਹੁਣ ਅਸੀਂ ਖਾਣ ਲੱਗ ਪਏ ਇਹ ਚੀਜ਼ਾਂ ਚਾਈਨੀਜ਼ ਲੋਕਾਂ ਵਾਲੇ ਖਾਣੇ ਖਾਣ ਲੱਗ ਪਏ ਹੁਣ ਇਹਦੇ ਵਿੱਚ ਉਹ ਲੋ ਜੀਨੋ ਮਾਟੋ ਵੀ ਪ ਉਹ ਕੀ ਹੁੰਦਾ ਜੀ ਉਹ ਜੀ ਮੁਰਦੇ ਜਦੋਂ ਆਪਾਂ ਉਹ ਦੱਬਦੇ ਆ ਮੁਰਦਿਆਂ ਦੇ ਗੱਲਣ ਵਾਸਤੇ ਪਾਉਂਦੇ ਆ ਜੀ ਮਤਲਬ ਉਹ ਚੀਜ਼ੇ ਦੇ ਵਿੱਚ ਪਾਈ ਜਾਂਦੀ ਹੈ ਉਹ ਚੀਜ਼ੇ ਦੇ ਵਿੱਚ ਪਾਈ ਜਾਂਦੀ ਹੈ ਉਹ ਚਾਈਨਾ ਨੇ ਵੀ ਆਉਦੀ ਪੋਪੂਲੇਸ਼ਨ ਕੰਟਰੋਲ ਕਰਨ ਵਾਸਤੇ ਵੀ ਉਹਨੂੰ ਵਰਤਿਆ ਅੱਛਾ ਤੇ ਡਾਕਟਰ ਜੀ ਮੇਰਾ ਸਵਾਲ ਤੁਹਾਡੇ ਤੋਂ ਹੈ ਜਦੋਂ ਸਾਨੂੰ ਪਤਾ ਹੈ ਕਿ ਇੱਕ ਚੀਜ਼ ਦੇ ਜਿਹੜੇ ਇੰਨੇ ਜ਼ਿਆਦਾ ਖਤਰਨਾਕ ਟ੍ਰੈਂਡ ਹੈਗਾ ਤੇ ਫਿਰ ਅਸੀਂ ਖਾ ਕਿਉਂਦੇ ਔਰ ਦੂਸਰੀ ਗੱਲ ਇਹੀ ਕਾਰਨ ਹੈ ਕਿ ਜਦੋਂ ਅਸੀਂ ਲਗਾਤਾਰ ਫਾਸਟ ਫੂਡ ਖਾਂਦੇ ਆਂ ਤੇ ਫਿਰ ਜਦੋਂ ਅਸੀਂ ਆਮ ਭੋਜਨ ਖਾਂਦੇ ਆਂ ਤਾਂ ਜਿਹੜਾ ਪੇਟ ਹੈਗਾ ਇਹ ਇੱਕਦਮ ਭਾਰਾ ਹੋਣ ਦਾ ਕੀ ਕਾਰਨ ਹੈ ਤੁਹਾਡੇ ਮੁਤਾਬਕ ਪੇਟ ਭਾਰਾ ਹੁੰਦਾ ਫਰੂਕੀ ਸਾਹਿਬ ਕਾਰਨ ਇਹ ਵੀ ਡਾਈਜੈਸਟ ਨਹੀਂ ਹੁੰਦਾ ਅੰਦਰ ਜਾ ਕੇ ਇਹਦੇ ਵਿੱਚ ਇੱਕ ਜਿੱਦਾਂ ਜਿੰਨਾ ਮਾਟੋ ਆਪਾਂ ਕਹਿ ਲਈਏ ਉਹ ਸਾਰੀਆਂ ਕੰਟਰੀਆਂ ਦੇ ਵਿੱਚ ਬੈਨ ਆ ਪਰ ਇੰਡੀਆ 'ਚ ਹਜੇ ਵੀ ਲੋਕਾਂ ਨੂੰ ਜਾਗਰੂਕਤਾ ਨਹੀਂ ਹੈਗੀ ਨਾ ਸਰਕਾਰ ਨੇ ਬੈਨ ਕੀਤਾ ਪਰ ਲੋਕਾਂ ਮੈਂ ਤਾਂ ਸਭ ਤੋਂ ਪਹਿਲੇ ਇਹ ਕਹਿੰਦਾ ਜਿੰਨੇ ਵੀ ਫੂਡ ਨੇ ਜਿਹੜੇ ਸਰੀਰ ਨੂੰ ਖਰਾਬ ਕਰਦੇ ਨੇ ਪਹਿਲੀ ਗੱਲ ਉਹਨਾਂ ਦੇ ਪ੍ਰਤੀ ਸਾਨੂੰ ਮੈਡੀਸਨ ਬਾਅਦ ਦੀ ਗੱਲ ਸੈਕੰਡਰੀ ਗੱਲ ਹੈ ਜਾਗਰੂਕਤਾ ਜਿਹੜੇ ਕੈਂਪ ਲੱਗਣੇ ਚਾਹੀਦੇ ਲੋਕਾਂ ਨੂੰ ਵੇਅਰ ਕਰਨਾ ਚਾਹੀਦਾ ਜੇ ਖਾਣ ਤੋਂ ਵੇਅਰ ਕਰਦਾਂਗੇ ਤਾਂ 70 ਤੋਂ 60% ਲੋਕ ਉਦਾਂ ਹੀ ਠੀਕ ਹੋ ਜਾਣਗੇ ਸਭ ਤੋਂ ਵੱਡਾ ਕਾਰਨ ਹੈ ਜੰਕ ਫੂਡ ਦਾ ਮੈਡੀਸਨ ਸੈਕੰਡਰੀ ਹੈ ਪਹਿਲੋਂ ਇਹਨਾਂ ਨੂੰ ਇਹ ਦੱਸਿਆ ਜਾਵੇ ਕਿ ਕੀ ਖਾਣਾ ਕੀ ਨਹੀਂ ਖਾਣਾ ਨਹੀਂ ਕੀ ਖਾਣਾ ਜੀ ਤੇ ਅਸੀਂ ਤਾਂ ਬੱਚਿਆਂ ਨੂੰ ਆਪਣੇ ਜੇਬੋ ਪੈਸੇ ਖਰਚ ਕੇ ਤੇਲ ਖਰਚ ਕੇ ਬਾਹਰ ਜਾ ਕੇ ਟਾਈਮ ਵੇਸਟ ਕਰਕੇ ਖਵਾ ਕੇ ਲੈ ਕੇ ਆਉਣੇ ਆ ਪੀਜ਼ੇ 버ਗਰ ਨਿਊਡਲ ਤੇ ਤੁਸੀਂ ਕਹ ਰਹੇ ਵੀ ਕੀ ਖਾਣਾ ਹੈ ਕੀ ਨਹੀਂ ਖਾਣਾ ਮਤਲਬ ਕਿ ਪੈਸੇ ਆਪਾਂ ਲਾਲਜ ਪੈਸੇ ਲਾ ਕੇ ਕੋਈ ਚੀਜ਼ ਹੈਲਦੀ ਖਾਵਾਂਗੇ ਤੇ ਉਹਦਾ ਬਹੁਤ ਜ਼ਿਆਦਾ ਬੈਨੀਫਿਟ ਤੁਸੀਂ ਦੇਖਿਓ ਜਿੰਨੀਆਂ ਜੰਕ ਫੂਡ ਵਾਲੀਆਂ ਦੁਕਾਨਾਂ ਜਾਂ ਰੇੜੀਆਂ ਨੇ ਉਹਦੇ ਉੱਪਰ ਇਹ ਜਿਹੜਾ ਹੈਗਾ ਨਾ ਇਹ ਸਾਰਾ ਜਿਹੜਾ ਚੱਲ ਰਿਹਾ ਵਾ ਦੇਖੋ ਇਹਨੂੰ ਖਿੱਚਾਂਗੇ ਤੇ ਦੇਖੋ ਏਦਾਂ ਤਾਰ ਬੰਨਦੀ ਜਿੱਦਾਂ ਇਹ ਦੇਖੋ ਕੀ ਬੰਨਦਾ ਦੇਖੋ ਤੇ ਅੰਦਰ ਜਾ ਕੇ ਹਾਜਮ ਕਿਦਾਂ ਹੋਊਗਾ ਦੱਸੋ ਆ ਦੇਖੋ ਕੀ ਇਹਦਾ ਹੀ ਅੰਦਰ ਜਾ ਕੇ ਚਿਪਕ ਜਾਂਦਾ ਹੈ ਜਿੱਦਾਂ ਆਪਾਂ ਗਾਣੇ ਲੀਵਰ ਦਾ ਸਾਈਜ਼ ਵੱਧ ਗਿਆ ਜੀ ਲੀਵਰ ਫੈਟੀ ਹੋ ਗਿਆ ਗੈਸ ਭਰ ਰਹੀ ਆ ਤੇ ਜਾਬ ਬਣ ਰਿਹਾ ਘਰ ਘਰੇ ਹਵਾਲ ਸਭ ਤੋਂ ਜ਼ਿਆਦਾ ਪੇਸ਼ੈਂਟ ਪਹਿਲਾਂ ਕਹਿੰਦਾ ਮੈਨੂੰ ਤਿਜਾਬ ਬਣ ਲੀਵਰ ਪੀਜ਼ੇ ਦਾ ਤਿਜਾਬ ਨਾਲ ਫੈਟੀ ਲੀਵਰ ਨਾਲ ਕੀ ਕੰਸਰਨ ਹੈ ਜੀ ਇਹ ਅੰਦਰ ਜਾ ਕੇ ਇਹਨੂੰ ਬਾਡੀ ਡਾਈਜੈਸਟ ਨਹੀਂ ਕਰਦੀ ਜਿੱਦਾਂ ਆਪਾਂ ਕੋਈ ਹੈਲਦੀ ਫੂਡ ਖਾ ਲਿਆ ਫਰੂਟ ਖਾ ਲੋ ਫਰੈਸ਼ ਜੂਸ ਪੀ ਲੋ ਜਾਂ ਕਣਕ ਦੀ ਰੋਟੀ ਆ ਬਸ ਸਿੰਪਲ ਪ੍ਰਸ਼ਾਦਾ ਛਕ ਲਿਆ ਉਹਦੇ ਸਾਰੇ ਰਾਸ ਬਨਨਗੇ ਇਹਦਾ ਜ਼ਹਿਰ ਹੀ ਬਨੂਗਾ ਅੱਛਾ ਲੇ ਆਊਗਾ ਕੀ ਜੀ ਫਿਰ ਸਭ ਤੋਂ ਪਹਿਲਾਂ ਕਿਹੜੇ ਅੰਗ ਦੇ ਉੱਤੇ ਅਸਰ ਪਾਉਣਾ ਹੈ ਜੇ ਲਗਾਤਾਰ ਤਨ ਨਾਲ ਅਸੀਂ ਇਹ ਚੀਜ਼ਾਂ ਖਾਂਦੇ ਰਹੀਏ ਸਭ ਤੋਂ ਪਹਿਲਾਂ ਜੀ ਤੁਸੀਂ ਇਹ ਦੇਖੋ ਸਭ ਤੋਂ ਪਹਿਲਾਂ ਇਹ ਲੀਵਰ ਫੈਟੀ ਕਰੂਗਾ ਲੀਵਰ ਫੈਟੀ ਜਦ ਹੋ ਗਿਆ ਆਮ ਹੀ ਜਦਾ ਪਰ ਰਿਪੋਰਟ ਕਰਵਾਉਂਦੇ ਆ ਕਿਸੇ ਦਾ ਬੀਪੀ ਵਧਾ ਆਪਾਂ ਪਹਿਲੋ ਸਭ ਤੋਂ ਆਪਣਾ ਸ਼ੱਕ ਇਸ ਚੀਜ਼ ਤੇ ਜਾਂਦਾ ਵੀ ਇਹਦਾ ਖੂਨ ਚੱਕਣਾ ਹੋਊਗਾ ਉਹਦਾ ਲਿਪਿਡ ਪ੍ਰੋਫਾਈਲ ਟੈਸਟ ਕਰਾਉਂਦੇ ਆ ਆਪਾਂ ਤੇ ਟੀਜੀ ਟ੍ਰਾਈਗਲਾਈਸਰਾਈਡ ਉਹ ਹਾਈ ਹੁੰਦਾ ਟ੍ਰਾਈਗਲਾਈਸਰਾਈਡ ਹਾਈ ਵੀ ਉਸੇ ਦਾ ਹੋਊਗਾ ਜਿਹਦਾ ਲੀਵਰ ਫੈਟ ਹੋਊਗਾ ਕਿਉਂਕਿ ਲੀਵਰ ਨੂੰ ਸੈਕੰਡ ਬ੍ਰੇਨ ਦਾ ਦਰਜਾ ਦਿੱਤਾ ਗਿਆ ਸੈਕੰਡ ਬ੍ਰੇਨ ਇਹ ਪਛਾਣ ਦਾ ਪਰ ਬਹੁਤ ਜ਼ਿਆਦਾ ਜ਼ਿਆਦਾ ਆਪਾਂ ਇਸ ਤਰ੍ਹਾਂ ਦਾ ਫੂਡ ਖਾਈ ਜੰਨੇ ਆ ਖਾਈ ਜੰਨੇ ਉਹਨੂੰ ਫਿਰ ਉਹਦਾ ਜਦ ਆਪਦੀ ਹਾਲਤ ਬੁਰੀ ਹੋ ਜਾਂਦੀ ਹੈ ਫਿਰ ਅੱਗੇ ਸਰੀਰ ਦੇ ਵਿੱਚ ਗੰਦਗੀ ਜਾਣੀ ਸ਼ੁਰੂ ਹੋ ਜਾਂਦੀ ਹੈ ਓਕੇ ਅੱਛਾ ਸਿੱਧੂ ਸਾਹਿਬ ਤੇ ਫਿਰ ਜਿਨਾ ਜਦੋਂ ਲੀਵਰ ਫੈਟੀ ਹੋ ਜਾਂਦਾ ਹੈ ਉਹਦੇ ਲੱਛਣ ਕੀ ਹੁੰਦੇ ਨੇ ਸਰੀਰ ਦੇ ਵਿੱਚ ਕਿਹੜੇ ਬਦਲਾਅ ਨੇ ਜਿਹੜੇ ਮੋٹے ਤੌਰ ਦੇ ਉੱਤੇ ਬੱਚਿਆਂ 'ਚ ਆ ਜਵਾਨ ਬੰਦਿਆਂ 'ਚ ਆ ਉਮਰਦਾਰ ਲੋਕ ਵੀ ਅੱਜਕੱਲ ਬੜਾ ਪਸੰਦ ਕਰਦੇ ਨੇ ਲੱਛਣ ਕੀ ਹੁੰਦੇ ਨੇ ਜੀ ਦੇਖੋ ਜੀ ਫਰੁਗੀ ਸਾਹਿਬ 80 ਤੋਂ 85% ਲੋਕਾਂ ਨੂੰ ਤਾਂ ਸਿੰਪਟਮ ਹੁੰਦੇ ਹੀ ਨਹੀਂ ਜੀ। ਮਤਲਬ ਜੀ? ਮਤਲਬ ਵੀ ਇਹਨਾਂ ਦਾ ਕੋਈ ਸਿੰਪਟਮ ਲੱਛਣ ਹੁੰਦਾ ਹੀ ਨਹੀਂ ਭਾਵੇਂ 85% ਲੋਕਾਂ ਨੂੰ ਕੋਈ ਇਹਨਾਂ ਦਾ ਲੱਛਣ ਨਹੀਂ ਹੁੰਦਾ ਤਾਂ ਹੀ ਲੋਕੀ ਕਹਿੰਦੇ ਵੀ ਅਸੀਂ ਤਾਂ ਖਾਧੀਆਂ ਨੇ ਹੁਣ ਵੀ ਕਈ ਲੋਕ ਕਹਿੰਣਗੇ ਵੀ ਅਸੀਂ ਤਾਂ ਰੋਜ਼ ਖਾਧਨੇ ਆਂ ਇਹਦਾ ਸਾਰਾ ਪਰਿਵਾਰ ਖਾਣੇ ਰੂਟੀਨ 'ਚ ਖਾਣੇ ਆਂ ਸਾਨੂੰ ਤਾਂ ਹੁੰਦਾ ਨਹੀਂ ਇਹ ਤਾਂ ਸੋਇਆ ਚਾਂਪਾ ਖਾਣੇ ਆਂ ਇਹ ਤਾਂ ਫਲਾਣਾ ਖਾ ਕੇ ਆਉਣੇ ਆ। ਜਦੋਂ ਹੁਣ ਆਪਾਂ ਨੂੰ ਕੋਈ ਵੈਸੇ ਕੋਈ ਪ੍ਰੋਬਲਮ ਆਉਂਦੀ ਪੇਟ 'ਚ ਦਰਦ ਹੁੰਦਾ ਆਪਾਂ ਨੂੰ ਲੱਗਦਾ ਵੀ ਪੱਥਰੀ ਹੋਊਗੀ ਸ਼ਾਇਦ ਅਲਟਰਾਸਾਉਂਡ ਕਰ ਹੁਣ ਜਦੋਂ ਅਲਟਰਾਸਾਉਂਡ ਕਰਾਉਣ ਜਾਂਦੇ ਨੇ ਉਦੋਂ ਗਿਫਟ ਮਿਲਦਾ ਨਾਲ ਇਹ ਉਹਦਾ ਫੈਟੀ ਲੀਵਰ ਉਹਦਾ ਪਤਾ ਹੀ ਨਹੀਂ ਲੱਗਦਾ ਕੁਝ 15% ਬੰਦੇ ਹੁੰਦੇ ਜਿਵੇਂ ਉਲਟੀ ਦੀ ਸ਼ਿਕਾਇਤ ਆਉਂਦੀ ਹੈ ਕਈ ਵਾਰੀ ਕਿ ਉਹਨੂੰ ਖੂਨ ਦੀ ਉਲਟੀ ਆ ਜਾਂਦੀ ਹੈ ਜਾਂ ਸੱਜੇ ਪਾਸੇ ਆਪਣੇ ਇਧਰ ਦਰਦ ਜਦੋਂ ਮਹਿਸੂਸ ਹੋਣ ਲੱਗ ਪੈਂਦਾ ਜਾਂ ਕਹਿ ਲਓ ਵੀ ਸਕਿਨ ਪ੍ਰੋਬਲਮ ਜਦੋਂ ਆਪਾਂ ਨੂੰ ਉਹਦਾ ਵੀ ਇੱਕ ਕਾਰਨ ਜਿਹੜਾ ਹੋ ਸਕਦਾ ਲੀਵਰ ਫੈਟੀ ਹੋ ਸਕਦਾ ਐਕਜ਼ਾਈਮਾ ਹੋ ਗਿਆ ਸਕਿਨ ਹੋ ਗਿਆ ਸਕਿਨ ਕਿਸੇ ਤਰ੍ਹਾਂ ਦੀ ਸਕਿਨ ਪ੍ਰੋਬਲਮ ਜਦੋਂ ਆਪਾਂ ਨੂੰ ਆਉਂਦੀ ਖਾਰਸ਼ ਹੁੰਦੀ ਆ ਧੜੀਆਂ ਹੋ ਜਾਂਦੀਆਂ ਤੇ ਇਹ ਇੱਕ ਕਾਰਨ ਵੱਡਾ ਕਾਰਨ ਹੋ ਸਕਦਾ ਜਿਹੜਾ ਇਹਦੇ ਕਰਕੇ ਡਾਕਟਰ ਸਾਹਿਬ ਡਾਕਟਰ ਸੁਰਿੰਦਰ ਸ਼ਰਮਾ ਜੀ ਜੇਕਰ ਤੁਸੀਂ ਕਹਿ ਰਹੇ ਹੋ ਕਿ ਇਹ ਚੀਜ਼ਾਂ ਨਾ ਖਾਓ ਸਾਨੂੰ ਅਲਟਰਨੇਟ ਤਾਂ ਦੇਣਾ ਪਊਗਾ ਸਾਡੇ ਕੋਲ ਅਲਟਰਨੇਟ ਕੀ ਹੈ ਜੀ ਫਿਰ ਲੀਵਰ ਨੂੰ ਜਿਹੜਾ ਤੰਦਰੁਸਤ ਰੱਖਣ ਦਾ ਅਲਟਰਨੇਟ ਤਾਂ ਫਰੂਕੀ ਸਾਹਿਬ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜਾ ਆਪਣਾ ਇਹ ਦੇਸ਼ ਆ ਇਹਦੇ ਵਿੱਚ ਇਹ ਨਿਆ ਕੋਈ ਚੀਜ਼ਾ ਹੈਲਦੀ ਪੈਦਾ ਹੁੰਦੀਆਂ ਕਿਸੇ ਕੰਟਰੀ ਦੇ ਵਿੱਚ ਨਹੀਂ ਹੁੰਦੀਆਂ ਆਪਣੇ ਨੌਜਵਾਨ ਕਾਇਦ ਰਏ ਅਸੀਂ ਬਾਹਰ ਜਾ ਰਹੇ ਕੈਨੇਡਾ ਅਮਰੀਕਾ ਪਰ ਉਹਨਾਂ ਕੋਲੇ ਵੀ ਆਪਣੇ ਜਿੰਨੇ ਹੈਲਦੀ ਫੂਡ ਨਹੀਂ ਹੈਗੇ ਆਪਣੇ ਇੰਡੀਆ ਤੋਂ ਤੁਹਾਨੂੰ ਜਾਣਕਾਰੀ ਲਈ ਦੇ ਦਈਏ ਸਾਰਾ ਹੈਲਦੀ ਫੂਡ ਬਾਹਰ ਸਪੋਰਟ ਹੁੰਦਾ ਮਿਲਟ ਦੇਖ ਲਓ ਫਰੂਟ ਦੇਖ ਲਓ ਕਿੱਦਾਂ ਸੌਗੀ ਸਾਰਾ ਤਰ੍ਹਾਂ ਦੇ ਇੱਥੇ ਫਰੂਟ ਪੈਦਾ ਹੁੰਦਾ ਜਦ ਕਿ ਅਪੇਲ ਉਹ ਆਪਾਂ ਖਾਈਏ ਆਪਣੇ ਲੋਕ ਪਹਿਲਾਂ ਵੀ ਫਰੂਟ ਖਾਂਦੇ ਹੁੰਦੇ ਸੀ ਡਰਾਈ ਫੂਡ ਖਾਂਦੇ ਹੁੰਦੇ ਸੀ ਭੋਂ ਕੇਰਾ ਨੂੰ ਗਿਰੀਆਂ ਖਾਣੀਆਂ ਰਜੇ ਕਿਸੇ ਨੂੰ ਅਨੀਮੀਆ ਖੂਨ ਦੀ ਕਮੀ ਆ ਰਾਤ ਨੂੰ 10 ਤੋਂ 15 ਜਿਹੜੇ ਕਿਸ਼ਮਿਸ਼ ਤੇ ਦਾਣੇ ਪੀਓ ਕੇ ਸਵੇਰੇ ਖਾਣੇ ਨੀਮੀਆ 15 20 ਦਿਨਾਂ ਚ ਠੀਕ ਹੋ ਜਾਂਦਾ ਕਿੱਡੀ ਗੱਲ ਲੋਕ ਮੈਡੀਸਨ ਆ ਲੈ ਰਹੇ ਨੇ ਡ੍ਰਿਪਾਂ ਲਵਾ ਰਹੇ ਨੇ ਫੇਰ ਵੀ ਖੂਨ ਨਹੀਂ ਪੂਰਾ ਹੋ ਰਿਹਾ ਕੋਈ ਵੱਡੀ ਇਹਦੀ ਗੱਲ ਨਹੀਂ ਹੈਗੀ ਬਾਕੀ ਜਿੱਦਾਂ ਹਾਂ ਆਪਣੇ ਕੋਲੇ ਫੂਡ ਆ ਦੇਖੋ ਹੈਲਦੀ ਫੂਡ ਆ ਇਹ ਬਿਲਕੁਲ ਚਨੇ ਆ ਮੱਕੀ ਦੇ ਦਾਣਿਆਂ ਦੇ ਵਿੱਚ ਬਾਜਰਾ ਵਾ ਇਸ ਤਰ੍ਹਾਂ ਦਾ ਜਿਹੜਾ ਸਤਨਾਜਾ ਜਿਹਨੂੰ ਕਹਦੇ ਬਣਾ ਕੇ ਖਾਇਆ ਜਾਵੇ ਜਿੱਦਾਂ ਆਪ ਸਵੇਰੇ ਤਾਂ ਰੋਟੀ ਖਾ ਕੇ ਆਗੇ ਜੀ ਜਦ ਦੁਪਹਿਰੇ ਭੁੱਖ ਲੱਗਦੀ ਆ 4-5 ਵਜੇ ਦੇ ਸ਼ਾਮ ਨੂੰ ਭੁੱਖ ਲੱਗਦੀ ਰੋ ਅਸਲ ਅਸਲ ਚੱਕਰ ਤਾਂ ਉੱਥੀ ਹੈ ਫਿਰ ਉੱਥੀ ਦਿਲ ਕਰਦੇ ਜਦੋਂ ਸ਼ਾਮ ਜੀ ਨੂੰ ਕਹਿੰਦਾ ਬੰਦਾ ਬਾਹਰ ਢੇੜਾ ਖਾ ਕੇ ਆਈਏ ਤੇ ਜਦੋਂ ਫ੍ਰੈਗਰੈਂਸ ਆਉਂਦੀਆਂ ਨੇ ਤੇ ਫਿਰ ਕੰਮ ਖਰਾਬ ਹੁੰਦਾ ਜੀ ਬਿਲਕੁਲ ਜੀ ਬਿਲਕੁਲ ਟਰੈਂਡ ਬਣ ਗਿਆ ਨਾ ਦੁਪਹਿਰ ਤੋਂ ਬਾਅਦ ਇਹ ਚੀਜ਼ਾਂ ਖਾਣੀਆਂ ਕਿਸੇ ਨੇ ਗੋਲ ਗੱਪੇ ਖਾਣੀਆਂ ਕਿਸੇ ਨੇ ਪੀਜ਼ਾ 버ਗਰ ਖਾ ਲੋ ਨਿਊਡਲ ਖਾ ਲੋ ਇਹ ਚੀਜ਼ਾਂ ਦਾ ਟਰੈਂਡ ਬਣ ਗਿਆ ਟਰੈਂਡ ਬਣ ਨਾਲ ਸਾਰਾ ਦਿਨ ਆਪਾਂ ਸਵੇਰੇ ਦਾ ਭੋਜਨ ਚੰਗਾ ਖਾ ਲਿਆ ਜਦੋਂ 3-4 ਵਜੇ ਤੋਂ ਬਾਅਦ ਇਹ ਚੀਜ਼ਾਂ ਖਾ ਲੀਆਂ ਜਾਂ ਦੁਪਹਿਰੇ ਖਾ ਲੀਆਂ ਸਭ ਲੋ ਸਰੀਰ ਦਾ ਨਾਸ ਪਟਿਆਗਾ ਸਾਰੇ ਦਿਨ ਦਾ ਤੇ ਮੈਨੂੰ ਲੱਗਦਾ ਜੀ ਬਹੁਤ ਸਾਰੇ ਨੇ ਤਾਂ ਇੰਟਰਵਿਊ ਦੇਖਦੇ ਦੇਖਦੇ ਵਿੱਚ ਹੀ ਛੱਡ ਦੇਣਾ ਵੀ ਇਹਨਾਂ ਦੇ ਪੀਜ਼ੇ 버ਗਰ ਸਾਡੇ ਦਾ ਫੇਵਰੇਟ ਨੇ ਤੇ ਤੁਸੀਂ ਇਹ ਬੰਦ ਕਰਵਾਏ ਜਿੰਨੇ ਉਹ ਕਹਿੰਦੇ ਸੀ ਡਾਕਟਰ ਹੀ ਬਦਲ ਦਾਂਗੇ ਜਿਹੜਾ ਸਾਨੂੰ ਪੀਜ਼ੇ 버ਗਰ ਨੂਡਲਸ ਖਾਣ ਨੂੰ ਮਨਾ ਕਰੇਗਾ ਦੇਖੋ ਜੀ ਹੁਣ ਜਿਵੇਂ ਡਾਕਟਰ ਸਾਹਿਬ ਨੇ ਤੁਹਾਨੂੰ ਵਿਖਾਏ ਜਿੰਦੇ ਛੋਲੇ ਆ ਇਹ ਛੋਲੇ ਇਹੋ ਜੀ ਚੀਜ਼ ਨੇ ਜਿਹੜੇ ਸਿੰਘਾਤ ਸਿੰਘ ਜੰਗ ਲੜਦੇ ਰੇ ਛੋਲੇ ਖਾ ਜੀ ਜੀ ਪੱਤੇ ਖਾ ਕੇ ਗੁਜ਼ਾਰਾ ਕਰਦੇ ਰਹੇ ਇਹਨਾਂ ਨੂੰ ਬਾਦਾਮ ਆਉਂਦੇ ਹੁੰਦੇ ਸੀ ਬਾਦਾਮ ਛੋਲਿਆਂ ਨੂੰ ਬਾਦਾਮ ਖਾ ਕੇ ਉਹਨਾਂ ਨੇ ਜੰਗ ਲੜ ਲਈ ਵੀ ਦੇਖੋ ਕਿੰਨੀ ਤਾਕਤਵਰ ਚੀਜ਼ ਆ ਭੁੱਖੇ ਭੁੱਖੇ ਮਤਲਬ ਕਿ ਉਹਨਾਂ ਨੂੰ ਇਹੀ ਚੀਜ਼ ਹੁੰਦੀ ਹੋਰ ਉਹਨਾਂ ਕੋਲ ਕੋਈ ਜੀ ਜੇਬਾਂ ਛੋਲਿਆਂ ਨਹੀਂ ਭਰੇ ਨੇ ਛੋਲੇ ਚਾਰ tane ਖਾ ਕੇ ਉੱਤੋਂ ਪਾਣੀ ਪੀ ਲੈਣ ਤੇ ਹੀ ਚਲੋ ਜੀ ਭੋਜਨ ਹੋ ਗਿਆ ਤੇ ਹੁਣ ਅਸੀਂ ਜਦੋਂ ਖਾਣ ਹੁਣ ਦੇਖੋ ਆ ਸੌਫਟ ਡਰਿੰਕ ਆ ਜੀ ਜੀ ਫਰੋ ਰੋਡ ਸੌਫਟ ਹੁਣ ਇਹ ਸਮਝ ਲਓ ਵੀ ਐਸਿਡ ਹੀ ਆ ਸਿੱਧਾ ਹੀ ਵੀ ਜੇ ਹੁਣ ਨਾ ਖਾਈਏ ਜੇ ਆਪਾਂ ਕੋਲ ਡਰਿੰਕ ਕਿਤੇ ਜਾਈਏ ਆਪਾਂ ਕਿਤੇ ਰੈਸਟੋਰੈਂਟ ਤੇ ਜਾਈਏ ਤੁਹਾਨੂੰ ਕਿਤੇ ਵਿਖਿਆ ਉਹ ਜੂਸ ਪਿਆ ਹੋਵੇ ਤੁਹਾਨੂੰ ਕੋ ਉਥੇ ਫਰੂਟ ਦੀ ਕਿਤੇ ਦਿਖਦੇ ਸੁ ਕਿ ਨਾਲ ਹਮੇਸ਼ਾ ਸੌਫਟ ਡਰਿੰਕ ਹੀ ਹੋਊਗਾ ਕਿਉਂ ਹੋਊਗਾ ਉਹਨਾਂ ਨੂੰ ਪਤਾ ਹੈ ਵੀ ਜੇ ਇੰਨਾ ਕੁਝ ਖਾ ਕੇ ਜਾਣਗੇ ਉੱਤੋਂ ਇਹਨਾਂ ਨੂੰ ਸੌਫਟ ਡਰਿੰਕ ਨਾ ਪੋਇਆ ਤੇ ਬਿਮਾਰ ਹੋ ਜਾਣਗੇ ਸਵੇਰ ਨੂੰ ਇਹਨਾਂ ਨੇ ਆਉਣਾ ਨਹੀਂ ਸਾਡੇ ਕੋਲ ਮੁੜ ਕੇ ਆਉਣਾ ਨਹੀਂ ਮੁੜ ਕੇ ਆਉਣਾ ਨਹੀਂ ਹੁਣੇ ਵੇਖ ਲੋ ਇਦਾਂ ਹੀ ਚੀਜ਼ ਤੁਸੀਂ ਉਹਨੂੰ ਗਰਮ ਕਰਕੇ ਵੇਖੋ ਇਹਦਾ ਕੀ ਬੰਦ ਆ ਜੀ ਤਾਂ ਸਿੱਧਾ ਸਿੱਧਾ ਅਸੀਂ ਆਹ ਤੇ ਬੱਚਿਆਂ ਨੂੰ ਜ਼ਹਿਰ ਦੇ ਰਹੇ ਆਂ ਬਿਮਾਰੀਆਂ ਨੂੰ ਜਾ ਕੇ ਘਰੇ ਜਾਂਦੇ ਆ ਪੈਸੇ ਲਾ ਕੇ ਘਰੇ ਲੈ ਕੇ ਆਉਣੇ ਆ ਮਤਲਬ ਅਸੀਂ ਕਹਿੰਨੇ ਵੀ ਬਿਮਾਰਸਾਂ ਨੂੰ ਬਿਮਾਰੀਆਂ ਕਿਉਂ ਨਹੀਂ ਹੁੰਦੀਆਂ ਤੇ ਤੁਸੀਂ ਇਹ 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 ਸੌਫਟ ਇਹ ਵੀ ਰੱਖੀ ਜੀ ਤੁਸੀਂ ਕਾਦੇ ਵਾਸਤੇ ਰੱਖੀ ਹੈ ਹਰੇਕ ਨੂੰ ਦਿਖਾਉਣੇ ਆ ਤੁਸੀਂ ਦੇਖੋ ਜੀ ਅਸੀਂ ਤਾਂ ਕਹਿੰਨੇ ਵੀ ਦਵਾਈ ਬਾਅਦ ਚ ਪਹਿਲਾਂ ਇਹ ਚੀਜ਼ਾਂ ਹੁਣ ਤੁਸੀਂ ਚੂਜ਼ ਕਰ ਲਓ ਵੀ ਕੀ ਖਾਣਾ ਆ ਆਹ ਖਾਣਾ ਆ ਉਹ ਖਾਣਾ ਆਹ ਖਾਣਾ ਕਿ ਆਹ ਖਾਣਾ ਦੱਸੋ ਉਹਨਾਂ ਕਪਾਸ ਦੇ ਦੇਖੋ ਜੀ ਇਹ ਤੁਹਾਡੀ ਸਿਹਤ ਨਹੀਂ ਵੇਖੋ ਇਹ ਵੇਸਟ ਹੋ ਕੇ ਵੀ ਜਦੋਂ ਇਹ ਆਪਾਂ ਮਾਲ ਬੰਦਾ ਤੇ ਆਇਆ ਤਾਂ ਇਹ ਰੂੜੀ ਬਣ ਜਾਂਦੀ ਹੈ ਜੀ ਖਾਦ ਬਣ ਜਾਂਦੀ ਤੇ ਇਹ ਨਾਲ ਨਾ ਕੀ ਬਣੂਗਾ ਜੀ ਅੱਛਾ ਡਾਕਟਰ ਸੁਰਿੰਦਰ ਜੀ ਇਹ ਦੱਸੋ ਕਿ ਜਿਹੜਾ ਫੈਟੀ ਲੀਵਰ ਹੁੰਦਾ ਹੈ ਇਲੈਕਟਰੋ ਹੋਮੀਓਪੈਥੀ ਦੇ ਵਿੱਚ ਫੈਟੀ ਲੀਵਰ ਬਾਬਤ ਕੀ ਕਹਿੰਦੇ ਨੇ ਠੀਕ ਹੋ ਸਕਦਾ ਹੈ ਕਿਹੜੇ ਗ੍ਰੇਡ ਤੱਕ ਠੀਕ ਹੋ ਸਕਦਾ ਹੈ ਅਗਰ ਇੱਕ ਵਾਰ ਫੈਟੀ ਲੀਵਰ ਹੋ ਜੇ ਕਹਿੰਦੇ ਜੀ ਉਹ ਤਾਂ ਰਿਵਰਸਲ ਹੁੰਦਾ ਹੀ ਨਹੀਂ ਨਹੀਂ ਜੀ ਲੀਵਰ ਇੱਕ ਐਦਾ ਆਰਗਨ ਹੈ ਜਿਹੜਾ 100% ਰਿਕਵਰ ਹੋ ਸਕਦਾ ਹੈ ਲੀਵਰ ਸਰੋਸਿਸ ਵੀ ਠੀਕ ਹੋ ਜਾਂਦਾ ਥਰਡ ਗ੍ਰੇਡ ਤੋਂ ਬਾਅਦ ਲੀਵਰ ਸਰੋਸਿਸ ਹੋ ਜਾਂਦਾ ਜਿਹਨੂੰ ਲੀਵਰ ਕੈਂਸਰ ਕਹਿੰਦੇ ਉਹ ਵੀ ਠੀਕ ਹੋ ਜਾਂਦਾ ਇਹ ਪੈਥੀ ਬਹੁਤ ਮਾਣ ਮਰਦੇ ਬੰਦੇ ਨੂੰ ਵੀ ਬਚਾ ਦਿੰਦੀ ਹੈ ਇਹਦੀ ਪੈਥੀ ਮਾਣ ਹੈ ਸੀ ਤੇ ਮਾਣ ਕਰਦੇ ਆ ਵੀ ਸਾਡੇ ਕੋਲ ਪੇਸ਼ੈਂਟ ਬਿਲਕੁਲ ਬੰਜੇ ਤੇ ਪਏ ਵੀ ਅਸੀਂ ਬਿਲਕੁਲ ਠੀਕ ਕੀਤੇ ਅਸੀਂ ਅੱਛਾ ਉਹ ਹੁੰਦਾ ਕਿਵੇਂ ਜੀ ਕਿਵੇਂ ਕੰਮ ਕਿਵੇਂ ਕਰਦਾ ਹੈ ਕੀ ਹੁੰਦਾ ਜੀ ਕਿਸ ਤਰੀਕੇ ਨਾਲ ਜਿਨ੍ਹਾਂ ਦੇ ਪੀਜ਼ੇ 버ਗਰ ਨੂਡਲਸ ਖਾ ਖਾ ਕੇ ਜਿਹੜੇ ਲੀਵਰ ਫੈਟੀਕਰੀ ਵਰਦੇ ਨੇ ਲੋਕ ਉਹ ਉਹਨਾਂ ਦਾ ਟਰੀਟਮੈਂਟ ਫਿਰ ਕੀ ਹੈਗਾ ਜੀ ਇਲੈਕਟਰ ਹੋਮੀਓਪੈਥੀ ਚ ਇਲੈਕਟਰ ਹੋਮੀਓਪੈਥੀ ਦੇ ਵਿੱਚ ਸਾਡੇ ਕੋਲੇ ਬਹੁਤ ਸਾਰੀਆਂ ਮੈਡੀਸਨ ਨੇ ਦੇ ਵਿੱਚ ਜੀ ਜੀ ਜਿੱਦਾਂ ਆ ਮੈਡੀਸਨ ਹੋ ਗਈ ਜਿੱਦਾਂ ਇਹ ਲੀਵਰ ਜਿੱਦਾਂ ਵਨ ਗ੍ਰੇਡ ਫੈਟੀ ਆ ਜਿਹਨੂੰ ਕਹਿੰਦੇ ਐ ਐਸਜੀਓਡੀਪੀਡੀ ਵਧੇ ਹੋਏ ਆ 60 ਤੋਂ 65 ਜਿਵੇਂ 30 ਤੋਂ 28 ਨੋਰਮਲ ਹੁੰਦਾ ਫਿਰ ਇਹ ਮੈਡੀਸਨ ਅਸੀਂ ਦਿੰਨੇ ਨੂੰ ਗ੍ਰੇਡ 1 ਚ ਯੂਜ਼ ਕਰਦੇ ਹਾਂ ਜੀ ਜਦ ਗ੍ਰੇਡ 2 ਜਾਂ 3 ਦੇ ਵਿੱਚ ਚਲੇ ਗਿਆ ਲੀਵਰ ਕਹਿੰਦੇ ਲੀਵਰ ਕੈਂਸਰ ਹੋ ਗਿਆ ਸਰੋਸ ਸਰੋਸਸ ਹੋ ਗਿਆ ਬਿਲਕੁਲ ਹੀ ਖਾਣਾ ਨਹੀਂ ਪਾਚ ਰਿਆ ਜੋ ਕੁਝ ਖਾਰੇ ਉਲਟੀ ਨਾਲ ਬਾਹਰ ਆ ਰਿਹਾ ਕਬਜ ਵੀ ਹੋ ਗਈ ਲੀਵਰ ਜਦ ਫੈਟੀ ਹੁੰਦਾ ਕਬਜ ਵੀ ਹੋ ਜਾਂਦੀ ਹੈ ਕਬਜ ਜਦ ਸਾਰੇ ਪਾਸੇ ਰਸਤੇ ਬੰਦ ਹੋ ਜਾਂਦੇ ਫਿਰ ਇਹ ਮੈਡੀਸਨ ਕੰਮ ਕਰਦੀ ਹੈ ਇਹਦੇ ਨਾਲ ਪੇਸ਼ੈਂਟ ਨੂੰ ਰੀਲੀਫ ਮਿਲਣਾ ਸ਼ੁਰੂ ਹੋ ਜਾਂਦਾ ਜਿੱਦਾਂ ਕੋਈ ਪੇਸ਼ੈਂਟ ਬਿਲਕੁਲ ਹੀ ਕਹਿੰਦਾ ਮੈਨੂੰ ਬਿਲਕੁਲ ਇਸ ਪੈਡੀਸਨ ਨਾਲ ਵੀ ਨਹੀਂ ਫਰਕ ਪਿਆ ਫਿਰ ਸਾਡੇ ਕੋਲੇ ਕਾ ਫਾਰਮੂਲਾ ਤਿਆਰ ਕੀਤਾ 40 ਤੋਂ 45 ਜੜੀ ਬੂਟੀਆਂ ਦਾ ਇਹ ਕੀ ਹੈ ਜੀ ਇਹ ਆਯੁਰਵੇਦਿਕ ਫਾਰਮੂਲਾ ਹੈ ਜੀ 40 ਤੋਂ 45 ਜੜੀ ਬੂਟੀਆਂ ਦਾ ਮਿਸ਼ਰਣ ਹੈ ਜੀ 20 ਤੋਂ 25 ਦਿਨਿਆਂ ਨੂੰ ਤਿਆਰ ਉਸ ਧੁੱਪ ਚ ਸੋਕਾ ਕੇ ਤੇ ਤਿਆਰ ਕਰਨ ਲੱਗਦੇ ਆ ਫਿਰ ਇਹ ਅਸੀਂ ਇੱਕ ਤੋਂ 2 ਗ੍ਰਾਮ ਜਿਹੜਾ ਨਾਲ ਰੋਜ਼ ਦਾ ਮੈਡੀਸਨ ਦੇ ਨਾਲ ਹੀ ਯੂਜ਼ ਕਰਨ ਨੂੰ ਦੇ ਦਿੰਨੇ ਆ ਪੇਸ਼ੈਂਟ ਵੀ 20 ਤੋਂ 25 ਦਿਨ ਦੇ ਵਿੱਚ ਵਿੱਚ ਬਿਲਕੁਲ ਲੀਵਰ ਠੀਕ ਹੋ ਜਾਂਦਾ ਜੀ ਅੱਛਾ ਬਹੁਤ ਸਾਰੇ ਡਾਕਟਰ ਸਿੱਧੂ ਜਿਹੜੇ ਲੋਕ ਹੈਗੇ ਨੇ ਲੀਵਰਾਂ ਦੇ ਹਾਲਾਤ ਇੰਨੇ ਖਰਾਬ ਹੋ ਚੁੱਕੇ ਨੇ ਕਿ ਡਾਕਟਰਾਂ ਨੇ ਜਵਾਬ ਦਿੱਤਾ ਕਿ ਬਈ ਹੁਣ ਤੇ ਲੀਵਰ ਟ੍ਰਾਂਸਪਲੈਂਟ ਇੱਕ ਜਿਹੜਾ ਲਾਸਟ ਆਪਸ਼ਨ ਹੈਗਾ ਟ੍ਰਾਂਸਪਲੈਂਟ ਤੇ ਉਹ ਹਾਲਾਤਾਂ ਦੇ ਵਿੱਚ ਜਿਹੜੀ ਤੁਹਾਡਾ ਮੈਡੀਸਨ ਤੁਹਾਡਾ ਨੁਸਖਾ ਫਾਰਮੂਲਾ ਬਚਾ ਸਕਦੇ ਟ੍ਰਾਂਸਪਲੈਂਟ ਤੋਂ ਬਚਾ ਸਕਦਾ ਬਿਲਕੁਲ ਜੀ ਬਿਲਕੁਲ ਬਚਾ ਸਕਦਾ ਜਿੰਨਾ ਮਰਜੀ ਲੀਵਰ ਫੈਟੀ ਹੋਵੇ ਜਿਹੜਾ ਏ ਗ੍ਰੇਡ ਦਾ ਮੰਨ ਲਓ ਫੈਟੀ ਹੋ ਤਾਂ ਸਮਝ ਲਓ 15 20 ਦਿਨ ਦੇ ਵਿੱਚ ਹੀ ਬੰਦੇ ਨੂੰ ਵਧੀਆ ਰਿਜ਼ਲਟ ਮਿਲਣ ਲੱਗ ਪੈਂਦਾ ਬੰਦੇ ਨੂੰ ਪਤਾ ਲੱਗਣ ਲੱਗ ਪੈਂਦਾ ਵੀ ਮੈਂ ਕੋਈ ਮੈਡੀਸਿਨ ਲੈ ਰਿਹਾ ਬਾਕੀ ਕੁਛ ਆਪਾਂ ਨੂੰ ਆਪਦਾ ਲਾਈਫ ਸਟਾਈਲ ਵੀ ਜਿਵੇਂ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਵੀ ਆਪਾਂ ਨੂੰ ਉਹ ਥੋੜਾ ਜਿਹਾ ਹੁੰਦੇ ਤੇ ਧਿਆਨ ਦੇਣਾ ਪੈਣਾ ਬੰਦਾ ਥੋੜਾ ਜਿਹਾ ਓਵਰ weight ਵੈਸੇ ਮੋਸਟਲੀ ਓਵਰ weight ਹੀ ਹੁੰਦੇ ਆ ਜਿਹੜੇ ਜਿਨ੍ਹਾਂ ਦਾ ਲੀਵਰ ਫੈਟੀ ਹੁੰਦਾ ਸਹੀ ਹੈ ਜਿਨ੍ਹਾਂ ਦਾ ਲੀਵਰ ਫੈਕਟਰੀ ਹੁੰਦਾ ਬਾਕੀ ਸਾਨੂੰ ਇੱਕ ਐਕਸਰਸਾਈਜ਼ ਕਰਨੀ ਬੜੀ ਜ਼ਰੂਰੀ ਐ ਐਕਸਰਸਾਈਜ਼ ਇਹ ਨਹੀਂ ਵੀ ਕੰਨ ਨੂੰ ਫੋਨ ਲਾ ਲਿਆ ਆਪਾਂ ਤੇ ਥੋੜਾ ਜਿਹਾ ਦੋ ਕੁ ਗੇੜੇ ਜੇ ਕੱਢ ਕੇ ਆ ਕੇ ਵੀ ਵਾਕ ਕਰਾਂ ਤਾਂ ਤੁਸੀਂ 2 ਕਿਲੋਮੀਟਰ ਕਰ ਰਹੇ ਉਹਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਵਾਕ ਕਰਨੀ ਹੈ ਤੁਹਾਡੀ ਹਾਰਟ ਬੀਟ ਪੂਰੀ ਤੇਜ਼ ਹੋਣੀ ਚਾਹੀਦੀ ਐ ਵੀ ਪੂਰਾ ਪਸੀਨਾ ਪਸੀਨ ਤੁਸੀਂ ਪਸੀਨੇ ਨਾਲ ਨੁੱਚੜ ਜੋ ਇੱਕ ਵਾਰੀ ਵੀ ਪੂਰੀ ਜਦੋਂ ਹਾਰਟ ਬੀਟ ਤੁਹਾਡੀ ਫਾਸਟ ਹੋ ਜਾਊਗੀ ਘੱਟੋ ਘੱਟ 45 ਮਿੰਟ ਤੁਹਾਨੂੰ ਐਦਾਂ ਦੀ ਵਾਕ ਕਰਨੀ ਪੈਣੀ ਐ ਵੋਕ ਕਹਿ ਲਓ ਜਾਂ ਰਨਿੰਗ ਕਰ ਲਓ ਜੇ ਆਪਾਂ ਕਈਆਂ ਵੀ ਟਹਿਲ ਕੇ ਆਜ ਗਏ ਉਹ ਵੀ ਉਹਨਾ ਟਾਈਮ ਵੀ ਮੈਂ ਦੇਖਦਾ ਆਮ ਦੇਖਦਾ ਸਵੇਰ ਉੱਠ ਕੇ ਮੈਂ ਵੋਕ ਲਈ ਜਾਂਦਾ ਤੇ ਤਕਰੀਬਨ ਬੰਦਾਂ ਦੇ ਹੱਥ 'ਚ ਫੋਨ ਹੁੰਦੇ ਆ ਕਿਸੇ ਦੇ ਹੈੱਡਫੋਨ ਲੱਗੇ ਹੁੰਦੇ ਕੋਈ ਤਾਂ ਬਾਹਰ ਉਸ ਟਾਈਮ ਵੀਡੀਓ ਕਾਲ ਕਰੀ ਖੜਾ ਹੁੰਦਾ ਤੇ ਉਹਨਾਂ ਦਾ ਕੋਈ ਬਾਹਰ ਲਾਭ ਨਹੀਂ ਹੈਗਾ ਆਪਾਂ ਨੂੰ ਲੱਗਦਾ ਹੀ ਆ ਵੀ ਆਪਾਂ ਸੈਰ ਕਰਦੇ ਪਏ ਆ ਜਾਂ ਨਹੀਂ ਉਹਦਾ ਕੋਈ ਲਾਭ ਨਹੀਂ ਤੇ ਫਿਰ ਜਿਹੜਾ ਫੈਟੀ ਲਿਬਰਲ ਦੇ ਕੇਸਿਸ ਤੁਹਾਡੇ ਕੋਲ ਆਉਂਦੇ ਨੇ ਡਾਕਟਰ ਸਾਹਿਬ ਤੇ ਟ੍ਰੀਟਮੈਂਟ ਕਿਵੇਂ ਆ ਕਿਵੇਂ ਯੂਜ਼ ਕਿਵੇਂ ਕਰਨੀ ਹੈ ਜਿਹੜਾ ਤੁਹਾਡੇ ਨੁਸਖੇ ਫਾਰਮੂਲੇ ਨੇ ਜਿਹੜੇ ਇਹ ਬਿਲਕੁਲ ਆਪਣੇ ਕੋਲ ਦੇਖੋ ਕਈ ਤਰ੍ਹਾਂ ਦੀ ਮੈਡੀਸਨ ਆਉਂਦੀ ਆ ਹਰ ਇੱਕ ਮੈਡੀਸਨ ਲੱਗ-ਲੱਗ ਪੇਸ਼ੈਂਟ ਨੂੰ ਜਿਵੇਂ ਕਿਸੇ ਦਾ ਕੋਲੇਸਟ੍ਰੋਲ ਆ ਉਹਨੂੰ ਲੱਗ ਆਉਂਦਾ ਟ੍ਰੀਟਮੈਂਟ ਆ ਜਿਵੇਂ ਕਿਸੇ ਦਾ ਲੀਵਰ ਫੈਟੀ ਆ ਪਰ ਉਹਨ ਦਾ ਲੱਗਾ ਹਰੇਕ ਪੇਸ਼ੈਂਟ ਦਾ ਅਲੱਗ-ਅਲੱਗ ਆ ਜੀ ਸਿਸਟਮ ਤੇ ਇਹ ਦਵਾਈ ਇਦਾਂ ਵੀ ਇਹ ਆਪਾਂ ਨੂੰ ਡ੍ਰੌਪ ਵਾਲੀ ਮੈਡੀਸਨ ਆ ਸਾਰੀ ਜੀ ਜੀ ਜਿੰਨ ਦਾ ਜ਼ਿਆਦਾ ਹੀ ਜਿਵੇਂ ਲੀਵਰ ਫੇਲ ਹੀ ਹੋ ਗਿਆ ਉਹਨੂੰ ਆਪਾਂ ਜਿਵੇਂ ਆਯੁਰਵੈਦਿਕ ਮੈਡੀਸਨ ਵੀ ਨਾਲ ਦਿੰਨੇ ਆ ਤੇ ਇਹ ਮੈਡੀਸਨ ਜਿਹੜੀ ਇਹ ਆਪਾਂ 15 ਤੋਂ 20 ਬੂੰਦਾਂ ਲੈਣੀਆਂ ਹੁੰਦੀਆਂ ਕਿ ਕਿਸ ਤਰੀਕੇ ਨਾਲ ਯੂਜ਼ ਕਿਵੇਂ ਕਰਨਾ ਯੂਜ਼ ਕਰਨ ਦਾ ਤਰੀਕਾ ਬਹੁਤ ਸੌਖਾ ਜੀ ਆਹ ਦੇਖੋ ਇਨਾਂ ਕੋ ਆਪਾਂ ਪਾਣੀ ਪਾ ਲੈਣਾ ਜੀ ਪਾਣੀ ਪਾ ਕੇ ਇਹਦੇ ਵਿੱਚ ਆਪਾਂ ਪਾ ਲੈਣੀ ਆ ਜੀ ਤਕਰੀਬਨ 15 ਤੋਂ 20 ਬੂੰਦਾਂ ਇਹ ਬੂੰਦਾਂ ਜਿਸ ਤਰ੍ਹਾਂ ਦਾ ਕੀ ਹੈ ਜੀ ਡਾਕਟਰ ਸਾਹਿਬ ਇਹ ਬੂੰਦਾਂ ਦਾ ਐਕਸਟ੍ਰੈਕਟ ਨੇ ਜੀ ਅੱਛਾ ਹਾਂ ਜੀ ਇਹ ਬੂੰਦਾਂ ਨਹੀਂ ਇਹ ਅਮਰਤ ਹੈ ਜੀ ਅੱਛਾ ਇਹਨੂੰ ਗੂੰਦਾ ਨਾ ਕਹੋ ਇਹਨੂੰ ਪੀਣਾ ਵੀ ਆਪਾਂ ਘੁੱਟ ਘੁੱਟ ਸਿਪ ਸਿਪ ਕਰਕੇ ਆ ਜਿਹੜਾ ਆਪਣਾ ਸਲਾਈਵਾ ਜਾਵੇ ਇਹਦੇ ਨਾਲ ਜੀ 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 ਤੇ ਫਿਰ ਡਾਕਟਰ ਸਾਹਿਬ ਕਿੰਨੇ ਕਿ ਦਿਨਾਂ ਦੇ ਵਿੱਚ ਜਿਹੜਾ ਰਿਲੀਫ ਮਿਲਣਾ ਬਹੁਤ ਵਾਰ ਹੁੰਦਾ ਕਿ ਅਸੀਂ ਰੋਟੀ ਖਾਣੇ ਆ ਰੋਟੀ ਖਾਣ ਤੋਂ ਬਾਅਦ ਸਾਡੇ ਸੱਜੇ ਪਾਸੇ ਬੜਾ ਆਕੜਾ ਆ ਜਾਂਦਾ ਉਹਦਾ ਵੀ ਇਹੀ ਕਾਰਨ ਹੈ ਹਾਂਜੀ ਹਾਂਜੀ ਉਹਦਾ ਵੀ ਇਹੀ ਕਾਰਨ ਹੈ ਲੀਵਰ ਫੈਟੀ ਦਾ ਜੀ ਕਈ ਵਾਰੀ ਤਾਂ ਆਮ ਰਿਪੋਰਟ ਦੇ ਵਿੱਚ ਵੀ ਲੀਵਰ ਫੈਟੀ ਨਹੀਂ ਆਉਂਦਾ ਸਕੈਨ ਦੇ ਵਿੱਚ ਵੀ ਕੋਈ ਜ਼ਿਆਦਾ ਪਤਾ ਨਹੀਂ ਕਈ ਵਾਰੀ ਚੱਲਦਾ ਪਰ ਹੁੰਦਾ ਲੀਵਰ ਫੈਟੀ ਆ ਸਾਨੂੰ ਚਿਹਰਾ ਦੇਖ ਕੇ ਪਤਾ ਲੱਗ ਲੀਵਰ ਫੈਟੀ ਆ ਫਿਰ ਇੱਕ ਨਾ ਆਮ ਡਾਕਟਰ ਸੁਜੈਸਟ ਨਹੀਂ ਕਰਦੇ ਇੱਕ ਸਕੈਨ ਸਕੈਨ ਉਹਦੀ ਫਾਈਬਰੋਸ ਸਕੈਨ ਉਹ ਕਰਾ ਲਈਏ ਉਹਦੇ ਵਿੱਚ ਬਿਲਕੁਲ ਹੀ ਪਤਾ ਚੱਲ ਜਾਂਦਾ ਵੀ ਕਿਹੜੇ ਗ੍ਰੇਡ ਤੇ ਆ ਜਿੱਦਾਂ ਅਲਟਰਾਸਾਉਂਡ ਤੇ ਪਤਾ ਲੱਗ ਜਾਂਦਾ ਵੀ ਲੀਵਰ ਫੈਟੀ ਆ ਪਰ ਉਹ ਇਹ ਜਿਹੜੇ ਸਕੈਨ ਕਰਾ ਲੀਏ ਉਹਦੇ ਵਿੱਚ ਫਿਰ ਆਪਾਂ ਨੂੰ ਇਹ ਵੀ ਪਤਾ ਚੱਲ ਜਾਂਦਾ ਵੀ ਕਿੰਨੇ ਪਰਸੈਂਟ ਲੀਵਰ ਜਿਹੜਾ ਡੈਮੇਜ ਹੋ ਚੁੱਕਾ ਜੀ ਜੀ ਹਾਂਜੀ ਤੇ ਤੁਹਾਡੇ ਲਈ ਨੁਸਖੇ ਦੇ ਵਿੱਚ ਫਿਰ ਕਿੰਨੇ ਕਿ ਦਿਨਾਂ ਤੋਂ ਰելիਫ ਮਿਲਣਾ ਜਿਹੜਾ ਸ਼ੁਰੂ ਹੋ ਸਕਦਾ ਜੀ ਰելիਫ ਪਹਿਲੇ ਅਸੀਂ 15 ਦਿਨ ਦੀ ਮੈਡੀਸਿਨ ਦਿੰਨੇ 15 15 ਦਿਨ ਦੀ ਚੇਂਜ ਕਰਕੇ ਲਈ ਦੀ ਮੈਡੀਸਿਨ ਪਹਿਲੇ 15 ਦਿਨ ਦੇ ਵਿੱਚ ਵੀ ਥੋੜਾ ਜਿਹਾ ਭੁੱਖ ਲੱਗਣਾਂ ਦੀ ਪੇਸ਼ ਨੂੰ ਰելիਫ ਮਿਲਣਾ ਜਿਹਦਾ ਐ ਸਾਰਾ ਜਿਹੜਾ ਜੇ ਬਿਲਕੁਲ ਆਪਾਂ ਪੇਸ਼ੈਂਟ ਠੀਕ ਕਰਨਾ ਹੋਵੇ 3 ਮਹੀਨੇ ਦੇ ਵਿੱਚ ਬਿਲਕੁਲ ਠੀਕ ਹੋ ਜੂਗਾ ਪਰ ਬਹੁਤ ਵਾਰ ਤਾਂ ਇਦਾਂ ਵੀ ਹੋ ਜਾਂਦਾ ਹੈ ਡਾਕਟਰ ਸਿੱਧੂ ਕਿ ਜਾਂ ਤਾਂ एकदम ਬਿਲਕੁਲ ਭੁੱਖੀ ਨਹੀਂ ਲੱਗਦੀ ਤੇ ਜਦੋਂ ਭੁੱਖ ਲੱਗਦੀ ਹੈ ਫਿਰ ਇੰਜ ਲੱਗਦਾ ਹੈ ਕਿ ਜੀ ਜਿਮੇਟੇਡ ਵਿੱਚ ਕੋਈ ਟੋਆ ਪਟ ਰਿਹਾ ਹੁੰਦਾ ਵੀ ਫਟਾਫਟ ਕੁਝ ਵੀ ਮਿਲ ਜੇ ਤੇ ਅਸੀਂ ਖਾ ਲਈਏ ਬਿਲਕੁਲ ਜੀ ਬਿਲਕੁਲ ਇਦਾਂ ਹੁੰਦਾ ਹੈ ਕਈ ਵਾਰੀ ਭੁੱਖ ਲੱਗਦੀ ਨਹੀਂ ਕਈ ਵਾਰੀ ਬਹੁਤ ਜ਼ਿਆਦਾ ਸਡਨਲੀ ਇੱਕ ਵਾਰੀ ਭੁੱਖ ਲੱਗਦੀ ਬੰਦੇ ਨੂੰ ਚੱਕਰ ਹੀ ਆਉਣ ਲੱਗ ਪੈਂਦੇ ਵੀ ਜਿਵੇਂ ਹੁੰਡੇ ਕੇ ਪੈਣਾ ਕੁਝ ਨਾ ਖਾਤਾ ਬਿਲਕੁਲ ਇਦਾਂ ਦੇ ਹੈਗੇ ਆ ਜੇ ਤੁਹਾਨੂੰ ਇਦਾਂ ਦੀ ਕੋਈ ਸ਼ਿਕਾਇਤ ਆ ਰਹੀ ਹੈ ਤੁਸੀਂ ਅਲਟਰਾਸਾਉਂਡ ਚ ਕਰਾਓ ਆਪਣੀ ਤੇ ਧਿਆਨ ਦਿਓ ਆਪਣੀ ਸਿਹਤ ਆ ਲੀਵਰ ਦਾ ਜਿਨ੍ਹਾਂ ਨੂੰ ਲੱਗਦਾ ਵੀ ਅਸੀਂ ਬਿਲਕੁਲ ਖਾਸ ਕਰਕੇ ਜਿਹੜੇ ਜਿਮ ਵਾਲੇ ਬੱਚੇ ਲਗਾਤਾਰ ਸੋਇਆਬੀਨ ਦਾ ਵਰਤੋਂ ਬਹੁਤ ਜ਼ਿਆਦਾ ਕਰ ਰਿਹਾ ਸਟੀਰੋਇਡ ਖਾ ਰਹੇ ਉਹਨਾਂ ਨੂੰ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਆ ਕਿਤੇ ਦੇਖੋ ਜਿਮ ਵਾਲਾਂ ਦੇ ਆ ਤਕਰੀਬਨ ਜਿੰਮ ਵਾਲਾ ਜਿਹੜਾ ਬੰਦਾ ਵੀ ਹੈਗਾ ਉਹਦਾ ਅਲਟਰਾਸਾਉਂਡ ਕਰਾਵੇ ਲੀਵਰ ਫੈਟੀ ਆਊਗਾ ਜੀ ਇਹਦੇ ਤੋਂ ਬਚੋ ਜਿੰਨਾ ਬਚ ਸਕਦੇ ਬਚੋ ਈਵਨ ਇਹਦਾ ਬੀਪੀ ਵਾਧਾ ਤੁਹਾਡਾ ਤਾਂ ਵੀ ਲੀਵਰ ਫੈਟੀ ਹੋ ਸਕਦਾ ਜੇ ਤੁਹਾਨੂੰ 슈ਗਰ ਆ ਤਾਂ ਵੀ ਬੀਪੀ ਤੁਹਾਡਾ ਜਿਹੜਾ ਤੁਹਾਡਾ ਲੀਵਰ ਜਿਹੜਾ ਫੈਟੀ ਹੋ ਸਕਦਾ ਅੱਛਾ ਜੀ 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 ਅੱਛਾ ਡਾਕਟਰ ਸਾਹਿਬ ਫਿਰ ਤੁਹਾਨੂੰ ਮਿਲਣ ਦਾ ਢੰਗ ਕੀ ਹੈ ਅਗਰ ਤੁਹਾਨੂੰ ਮਿਲਣਾ ਹੋਵੇ رابطہ ਤੁਹਾਡੇ ਨਾਲ ਕਿਸ ਤਰੀਕੇ ਨਾਲ ਕਰੇ ਅਗਰ ਕਿਸੇ ਨੇ ਨੁਸਖਾ ਫਾਰਮੂਲਾ ਕੋਈ ਤੁਹਾਡੇ ਕੋਲੋਂ ਇਹ ਲੈਣਾ ਹੈ ਸਾਡਾ ਜਿਹੜਾ ਫੋਨ ਨੰਬਰ ਆ ਜ ਉਹ ਤਾਂ ਉੱਪਰ ਹੈ ਸਕਰੀਨ ਤੇ ਚੱਲ ਹੀ ਰਿਹਾ ਜੀ ਫੋਨ ਨੰਬਰ ਤੇ ਕੰਟੈਕਟ ਕਰ ਸਕਦਾ ਜਾਂ ਜੇ ਕਿਸੇ ਟਾਈਮ ਅਸੀਂ ਫੋਨ ਨਹੀਂ ਪਿਕ ਕਰਦੇ ਤੇ WhatsApp ਦੇ ਜ਼ਰੀਏ ਮੈਸੇਜ ਆਪਣਾ ਜਿਹੜਾ ਪਛਾਣ ਛੱਡ ਸਕਦੇ ਵਾਇਸ ਮੈਸੇਜ ਕਰ ਸਕਦੇ ਆ ਜੀ ਸੰਡੇ ਨੂੰ ਜਿਹੜਾ ਹਸਪੀਟਲ ਕਲੋਜ਼ ਹੁੰਦਾ ਜੀ ਕਿੱਥੇ ਬੈਠੇ ਕਿੱਥੇ ਹਾਂ ਜੀ ਆਪਣਾ ਹਸਪੀਟਲ ਆ ਅੰਮ੍ਰਿਤਸਰ ਰੋਡ ਤੇ ਜੀ ਮੋਗੇ ਮੋਗੇ ਅੰਮ੍ਰਿਤਸਰ ਰੋਡ ਨੀਅਰ ਬੱਸ ਸਟੈਂਡ ਤੇ ਆਪੋਜੀਟ ਜਿਹੜਾ ਆਪਣੇ ਪੰਜਾਬ ਨੈਸ਼ਨਲ ਬੈਂਕ ਆ ਜੀ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸੁਰਿੰਦਰ ਤੇ ਡਾਕਟਰ ਸਿੱਧੂ ਉਹਨਾਂ ਦਾ ਇੱਕ ਵਾਰ ਫੇਰ ਜਿਹੜਾ ਕੋਸ਼ਿਸ਼ ਕੀਤੀ ਹੈ ਲੋਕਾਂ ਤੱਕ ਇੱਕ ਮੈਸੇਜ ਇੱਕ ਸਨੇਹਾ ਪਹੁੰਚਦਾ ਕਰਨ ਦੀ ਉਹਨਾਂ ਲੋਕਾਂ ਨਾਲ ਖਾਸ ਕਰਕੇ ਜਿਹੜੇ ਲੋਕ ਇਸ ਵੇਲੇ ਰੋਟੀ ਖਾਣ ਤੋਂ ਬਾਅਦ ਅਫਾਰੇ ਨਾਲ ਪੀੜਤ ਨੇ ਰੋਟੀ ਖਾਣ ਤੋਂ ਬਾਅਦ ਪੇਟ ਦੇ ਭਾਰੇ ਪਰ ਨਾਲ ਜਿਹੜੇ ਪੀੜਤ ਉਹਨਾਂ ਦਾ ਕਿੰਨੇ ਕਿ ਉਹਨਾਂ ਦਾ ਨੁਸਖਾ ਉਹਨਾਂ ਦੀਆਂ ਬੂੰਦਾਂ ਹੈ ਜਿਹੜੀਆਂ ਉਹ ਜ਼ਿੰਦਗੀ ਹੈ ਜਿਹੜੀ ਆ ਫੈਟਲੀਵਰ ਬਾਰੇ ਮਰੀਜ਼ ਦੀਆਂ ਬਦਲ ਸਕਦੇ ਨੇ ਸੋ ਫਿਲਹਾਲ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ رائے ਵੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਹੈ ਧੰਨਵਾਦ